ਅਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਬਾਏ ਕਰਦੇ ਹਾਂ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਵਾਸਤੇ ਜਾਂ ਵਿਜ਼ਟਰਸ ਟੂ ਕੈਨੇਡਾ ਇੰਸ਼ੋਰੈਂਸ ਬਾਏ ਕਰਦੇ ਹਾਂ ਆਪਣੇ ਗੈਸਟ ਵਾਸਤੇ, ਤੇ ਸਾਡਾ ਫੋਕਸ ਹੁੰਦਾ ਕਿ ਸਾਨੂੰ ਕਿਸੇ ਤਰ੍ਹਾਂ ਚੀਪੈਸਟ ਇੰਸ਼ੋਰੈਂਸ ਮਿਲ ਜਾਏ। ਲੇਕਿਨ ਫੋਕਸ ਹੋਣਾ ਚਾਹੀਦਾ ਕਿ ਸਾਨੂੰ ਉਸ ਕੰਪਨੀ ਦੀ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਜਿਹੜੀ ਕੰਪਨੀ ਰੱਬ ਨਾ ਕਰੇ ਕਲੇਮ ਆ ਜਾਏ ਤੇ ਘੱਟ ਤੋਂ ਘੱਟ ਕੰਡੀਸ਼ਨਸ ਇੰਪੋਜ਼ ਕਰਕੇ ਕਲੇਮ ਸਰਵਿਸ ਕਰਦਾ। ਸੋ ਅੱਜ ਮੈਂ ਇਹਦੀ ਹੀ ਇੱਕ ਐਗਜ਼ਾਮਪਲ ਦੇਣਾ ਚਾਹੂੰਗਾ ਜੀ ਤੁਹਾਨੂੰ। ਦੇਖੋ, ਜਦੋਂ ਤੁਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰਸ ਟੂ ਕੈਨੇਡਾ ਇੰਸ਼ੋਰੈਂਸ ਬਾਏ ਕਰਦੇ ਹੋ, ਉਹਦੇ ਵਿੱਚ ਤੁਸੀਂ ਪ੍ਰੀ ਐਗਜ਼ਿਸਟਿੰਗ ਕਲੋਜ਼ ਬਾਏ ਕਰਦੇ ਹੋ ਕਿ ਸਾਡੇ ਪੇਰੈਂਟਸ ਦੀ ਜਾਂ ਗੈਸਟ ਦੀ ਕੋਈ ਵੀ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਹੈ ਉਹ ਵੀ ਕਵਰ ਹੋ ਜਾਏ, ਅਤੇ ਇੰਸ਼ੋਰੈਂਸ ਕੰਪਨੀ ਕਹਿੰਦੀ ਹੈ ਕਿ ਯੈਸ ਵੀ ਵਿਲ ਕਵਰ ਯੂਅਰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਫੋਰ ਯੂਅਰ ਪੇਰੈਂਟਸ ਔਰ ਗੈਸਟ, ਬਟ ਦੈਟ ਕੰਡੀਸ਼ਨ ਮਸਟ ਬੀ ਸਟੇਬਲ। ਅਤੇ ਸਟੇਬਿਲਿਟੀ ਦਾ ਮਤਲਬ ਹੁੰਦਾ ਹੈ ਕਿ ਉਹਨਾਂ ਦੀ ਮੈਡੀਕੇਸ਼ਨਸ ਆਉਣ ਤੋਂ ਪਹਿਲਾਂ ਬਿਲਕੁਲ ਵੀ ਚੇਂਜ ਨਹੀਂ ਹੋਣੀ ਚਾਹੀਦੀਆਂ। ਦੇਅਰ ਸ਼ੁੱਡ ਨਾਟ ਬੀ ਐਨੀ ਚੇਂਜ ਇਨ ਫਰੀਕੁਐਂਸੀ ਔਰ ਡੋਸੇਜ, ਦੇਅਰ ਸ਼ੁੱਡ ਨਾਟ ਬੀ ਐਨੀ ਹੋਸਪਿਟਲਾਈਜੇਸ਼ਨਸ, ਕੋਈ ਦਵਾਈ ਨਵੀਂ ਦਵਾਈ ਨਹੀਂ ਸ਼ੁਰੂ ਹੋਣੀ ਚਾਹੀਦੀ, ਅਤੇ ਪੁਰਾਣੀ ਚੱਲਦੀਆਂ ਜਿਹੜੀਆਂ ਦਵਾਈਆਂ ਉਹ ਵੀ ਬੰਦ ਨਹੀਂ ਹੋਣੀਆਂ ਚਾਹੀਦੀਆਂ। ਵਿਚ ਮੀਨਸ ਦ ਕੰਡੀਸ਼ਨ ਵਾਸ ਐਬਸੋਲੂਟਲੀ ਸਟੇਬਲ, ਕੋਈ ਚੇਂਜ ਨਹੀਂ ਹੈਗੀ ਉਹਨਾਂ ਦੀ ਮੈਡੀਕਲ ਕੰਡੀਸ਼ਨ ਜਾਂ ਮੈਡੀਕੇਸ਼ਨ ਵਿੱਚ। ਸੋ ਇਹ ਜਿਹੜੀ ਸਟੇਬਿਲਿਟੀ ਪੀਰੀਅਡ ਹੈ, ਡਿਪੈਂਡਿੰਗ ਔਨ ਕੰਪਨੀ ਟੂ ਕੰਪਨੀ ਐਂਡ ਡਿਪੈਂਡਿੰਗ ਔਨ ਯੂਅਰ ਗੈਸਟ ਏਜ, ਇਹ ਚੇਂਜ ਹੁੰਦੀ ਹੈ। ਕੁਛ ਕੰਪਨੀਜ਼ ਕਹਿੰਦੀਆਂ ਕਿ ਸਾਨੂੰ ਸਟੇਬਿਲਿਟੀ ਪੀਰੀਅਡ 1 ਸਾਲ ਦਾ ਚਾਹੀਦਾ, ਕੁਛ ਕੰਪਨੀਜ਼ ਕਹਿੰਦੀਆਂ ਸਾਨੂੰ 180 ਡੇਜ਼ ਦਾ ਚਾਹੀਦਾ, ਕੁਛ ਕਹਿੰਦੀਆਂ ਸਾਨੂੰ ਸਿਰਫ 120 ਡੇਜ਼ ਦਾ ਹੈ, 90 ਡੇਜ਼ ਦਾ ਚਾਹੀਦਾ। ਸੋ ਓਬਵੀਅਸਲੀ ਜਿੰਨਾ ਡਿਊਰੇਸ਼ਨ ਲੰਬਾ ਹੁੰਦਾ ਜਾਏਗਾ ਸਟੇਬਿਲਿਟੀ ਪੀਰੀਅਡ ਦਾ, ਕਲੇਮ ਵੇਲੇ ਓਨੀ ਹੀ ਜ਼ਿਆਦਾ ਡਾਕੂਮੈਂਟੇਸ਼ਨ, ਓਨੀ ਹੀ ਜ਼ਿਆਦਾ ਪ੍ਰੋਬਲਮਸ ਆਉਣਗੀਆਂ। ਸੋ ਟਰਾਈ ਟੂ ਬਾਏ ਇੰਸ਼ੋਰੈਂਸ ਫਰੋਮ ਵਿਜ਼ਟਰਸ ਟੂ ਟਰਾਈ ਟੂ ਬਾਏ ਇੰਸ਼ੋਰੈਂਸ ਫਰੋਮ ਇੰਸ਼ੋਰੈਂਸ ਕੰਪਨੀਜ਼ ਦੈਟ ਹੈਵ ਲੋਅਰ ਸਟੇਬਿਲਿਟੀ ਡਿਊਰੇਸ਼ਨ। ਬਹੁਤ ਸਾਰੀ ਕੰਪਨੀਆਂ ਜਿਹੜੀਆਂ ਹੈਗੀਆਂ, ਮੈਜੋਰਿਟੀ ਆਫ ਦ ਕੰਪਨੀਜ਼ ਇਨ ਫੈਕਟ, ਉਹ ਜਿਹੜਾ ਸਟੇਬਿਲਿਟੀ ਪੀਰੀਅਡ ਹੈ 1 ਈਅਰ ਜਾਂ 180 ਡੇਜ਼ ਦਾ ਰੱਖਦੀਆਂ, 6 ਮਹੀਨੇ ਦਾ ਰੱਖਦੀਆਂ। ਬਟ ਦੇਰ ਆਰ ਸਰਟਨ ਇੰਸ਼ੋਰੈਂਸ ਕੰਪਨੀਜ਼ ਜੋ ਜਿਹਨਾਂ ਦਾ ਸਟੇਬਿਲਿਟੀ ਪੀਰੀਅਡ ਸਿਰਫ ਜਾਂ ਤਾਂ 90 ਡੇਜ਼ ਹੈ ਜਾਂ 120 ਡੇਜ਼ ਹੈ। ਸੋ ਓਬਵੀਅਸਲੀ ਜੇ ਤੁਹਾਨੂੰ $50 ਉਹਦੇ $100 ਐਕਸਟਰਾ ਵੀ ਦੇਣੇ ਪੈ ਜਾਣ, ਦੈਟ ਇਜ਼ ਸਟਿਲ ਇਨ ਯੂਅਰ ਫੇਵਰ ਜਸਟ ਇਨ ਕੇਸ ਇਫ ਐਨੀ ਕਲੇਮ ਹੈਪਨਸ। ਜੇ ਤੁਹਾਡਾ ਕੋਈ ਆਪਣਾ ਕੁਐਸਚਨ ਹੈਗਾ ਵਿਜ਼ਟਰਸ ਟੂ ਕੈਨੇਡਾ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ ਜਾਂ ਉਹਦੀ ਪੋਲਿਸੀ ਦੇ ਕਿਸੇ ਵੀ ਕਲੋਜ਼ ਨੂੰ ਲੈ ਕੇ, ਤੁਸੀਂ ਮੈਨੂੰ ਹਮੇਸ਼ਾ ਕਾਲ ਕਰ ਸਕਦੇ ਹੋ ਜੀ। ਨੰਬਰ ਉਹੀ ਹੈ 416-270-1234, 416-270-1234। ਥੈਂਕਸ ਫੋਰ ਸਟਾਪਿੰਗ ਬਾਏ, ਸਗੁਨ ਗੋਇਲ।